ਕਿਸੇ ਕੋਲ ਕੋਈ ਨੀ ਨਾ ਦਿਹਾੜੀ ਲੱਗੀ ਹੈ, 100 ਰੁਪਏ ਦੀ ਕੁਲਫੀ ਆ, ਦਿਹਾੜੀ ਸਾਲ 50 ਨਹੀਂ ਲੈ ਲਾ ਯਾਰ, ਹਾਂ ਯਾਰ ਕੋਈ ਜਗਾੜ 50 ਨਹੀਂ ਲੈ ਲਾ ਯਾਰ, ਚੱਲ ਆ ਫਿਰ ਕੋਈ ਲਾਉਂਦੇ ਹਾਂ ਹਿਸਾਬ, ਤੇ ਤੈਨੂੰ ਰੱਜ ਕੇ ਕੁਲਫੀਆਂ ਖਵਾਉਂਦੇ ਹਾਂ ਇੱਕ ਕੁਲਫੀ ਮੈਨੂੰ ਦਿਓ, ਪੈਸੇ ਮੈਂ ਤੁਹਾਨੂੰ ਦਿੰਦਾ, ਲਓ ਜੀ ਅੱਜ ਆਪ ਵੀ ਐਸ਼ ਕਰਦੇ, ਇਹਨੂੰ ਵੀ ਕਰਾਉਂਦੇ ਹਾਂ, ਪੈਸਿਆਂ ਦਾ ਕੋਈ ਲਾਉਂਦੇ ਹਾਂ ਸਾਹਿਬ, ਅੱਲਾ ਕਰੇਗਾ ਕੋਈ ਨਾ ਕੋਈ ਭੇਜੇਗਾ, ਵਸੀਲਾ ਬਣਾਏਗਾ, ਪੈਸੇ ਤਾਂ ਕੋਲ ਕੋਈ ਨਹੀਂ। ਕੁਲਫੀ ਜਿਹੜੀ ਆ ਨਾ ਅਰਫ ਇਹ ਸ਼ਰਤ ਤੇ ਖਾਣੀ ਹੈ ਤੇ ਇਸ ਕੁਲਫੀ ਦੇ ਵੀ ਪੈਸੇ ਮੈਂ ਲੈ, ਇਹ ਕਿੱਦਾਂ ਹੋ ਸਕਦਾ, ਨਹੀਂ ਮੈਂ ਜਿੰਨੀਆਂ ਮਰਜ਼ੀ ਕੁਲਫੀਆਂ ਖਾਓ ਬਲਕਿ ਹੋਰ ਵੀ ਕੁਛ ਖਾਓ, ਪੈਸੇ ਮੈਂ ਦੇਣੇ, ਨਹੀਂ ਬਹਿ ਕੇ ਜਾਓ ਬਹਿ ਦੇਣੇ, ਤੁਹਾਡੇ ਪੈਸੇ ਸਾਡੇ ਪੈਸੇ ਸਾਡੇ ਪੈਸੇ ਸਾਡੇ ਪੈਸੇ, ਹਾਂ ਉਹ ਤਾਂ ਕੋਈ ਵੱਡੇ ਹੋ, ਕੁਲਫੀ ਤਾਂ ਬਿਹਤਰੀਨ ਹੈ, ਕੁਲਫੀ ਦੇਖੀ ਪਤਾ ਲੱਗ ਜਾਂਦਾ ਪੈਸੇ ਮੈਂ ਲੈ, ਜੇ ਤੁਸੀਂ ਮਸਾਲਾ ਪਾ ਤਾਂ ਮੈਂ ਖਾਣੀ, ਬੰਦਾ ਪੈਸੇ ਆਉਣਾ ਨਹੀਂ, ਬੰਦਾ ਅਖਲਾਕ ਨਾਲ ਜ਼ਬਾਨ ਨਾਲ ਹੁੰਦਾ ਵਾ, ਸਾਡਾ ਅਖਲਾਕ ਬੜਾ ਅੱਛਾ ਵਾ, ਅਤੇ ਆਪਣੀ ਖਿਦਮਤ ਦਾ ਮੌਕਾ ਸਾਨੂੰ ਤੁਸੀਂ ਦਿਓ, ਨਹੀਂ ਬਾਈ ਜਾਨ ਮੈਂ ਪੈਸੇ ਦੇਣੇ ਨੇ, ਇਹ ਮੇਰੀ ਅੱਜ ਦੇ ਮੁੜ ਕੇ ਜੇ ਕੋਈ ਸ਼ਾਇਦ ਖਾਧੀ ਪੀਤੀ ਤੇ ਜਿੰਨਾ ਵੀ ਪੈਸੇ ਹੋਏ ਮੈਂ ਦੇਣੇ, ਉਹ ਫਿਰ ਤੁਸੀਂ ਮੇਰੇ ਨਾਲ ਵਾਅਦਾ ਕਰ ਲਓ, ਕੋਈ ਮਤਲਬ ਗਾਂਹ ਤੋਂ ਮੈਨੂੰ ਤੁਸੀਂ ਗੱਲ ਨਹੀਂ ਕਹਿਣੀ, ਭਾਵੇਂ 10,000 ਰੁਪਇਆ ਵੀ ਲੱਗ ਜਾਏ ਮੈਂ ਕਰੂੰਗਾ, ਠੀਕ ਹੋ ਗਿਆ ਕੁਲਫੀ ਦੇ ਪੈਸੇ ਮੈਂ, ਚਲੋ ਜੀ ਇਹ ਪੈਸੇ ਮੈਂ ਦੇਖਿਆ ਕੁਲਫੀਆਂ ਸਾਰੀਆਂ ਦੇ ਪੈਸੇ ਜਿਹੜੇ ਨਾ ਭਾਈ ਹੁਣਾਂ ਨੇ ਦੇਣੇ ਆ, ਠੀਕ ਹੈ ਕੋਈ ਨਹੀਂ, 100 ਰੁਪਇਆ ਇਹ ਕਿਹੜੀ ਗੱਲ ਹੈ ਯਾਰ, ਅੱਲਾ ਮਾਫੀ 1,000 ਨਹੀਂ ਹੁੰਦਾ ਤਾਂ ਕੋਈ ਨਾ ਰਹਿਣਾ, ਹੋਰ ਸੁਣਾਓ, ਅਲਹਮਦੁਲਿਲਾ ਕੋਈ ਨਵੀਂ ਤਾਜੀ, ਸ਼ੁਕਰ ਅੱਲਾ ਐਸਾ ਕਰ ਰਿਹਾ ਕਰੂੰਗਾ, ਠੀਕ ਬਿਹਤਰੀਨ, ਹੋਰ ਕੋਈ ਸਾਡੇ ਲੈ ਮਿਹਰਬਾਨੀ, ਸ਼ੁਕਰੀਆ ਜੀ, ਮੈਂ ਕਿਹਾ ਕੁਲਫੀ ਖਾਓ, ਹਾਂ ਮੈਂ ਇੱਥੋਂ ਨਾ ਥੋੜ੍ਹਾ ਜਿਹਾ ਕੰਮ ਹੋ ਗਿਆ, ਤੁਹਾਨੂੰ ਸ਼ਾਇਦ ਖਾਂਦੇ ਹਾਂ, ਨਹੀਂ ਖਾਇਆ ਮੈਂ ਆਪਣੀ, ਜਾਓ ਜਾਓ ਪੈਸੇ ਭਾਈ ਮੈਂ ਦੇ ਦਿਆਂਗਾ ਭਾਈ ਜਾਨ, ਪੈਸੇ ਪੈਸੇ ਦੀ ਕਿਹੜੀ ਗੱਲ, ਕੁਲਫੀ ਦਾ ਵਾਕ ਹੀ ਸਵਾਦੀ ਹੈ, ਪੀਲਾ ਹੁਣ ਸਾਡੇ ਦੀ ਲਈ ਖਾਣਾ ਜੀ, ਆ ਲਓ ਭਾਈ ਜਾਨ ਖਾਓ, ਉਹ ਭਾਈ ਮੋਬਾਈਲ ਤਾਂ ਨਾ ਕੱਢੋ, ਨਹੀਂ ਨਹੀਂ
ਫਿਰ ਆਪਾਂ ਤੁਹਾਨੂੰ ਦੇ ਕੇ ਲੈ ਕੇ ਜਾਣਾ, ਉਹ ਅੱਗੇ ਤਾਂ ਲਾ ਕੇ ਤੁਹਾਨੂੰ ਕੌਣ ਸੀ ਉਹ ਇੱਥੇ ਬੈਠਾ ਸੀ ਨੀ ਪਤਾ ਸਾਡਾ ਤਾਂ ਕਾਫੀ ਤੁਸੀਂ ਅੱਗੇ ਚੋਰੀ ਬਣ ਗਏ ਐਵੀਂ ਉਹ ਮਾਂ ਦਾ ਆ ਗਿਆ ਵਾਗਿਆ ਵੀ ਜਿਹੜਾ ਲੰਘਦਾ ਨਹੀਂ 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 1850 ਰੁਪਇਆ ਉਹਨਾਂ ਕੋਲ ਜਾ ਕੇ